ਦੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਪਾਇਲਟ 25 ਸਾਲਾ ਆਇਸ਼ਾ ਅਜ਼ੀਜ਼ ਕਸ਼ਮੀਰੀ ਔਰਤਾਂ ਦੀ ਪ੍ਰੇਰਣਾ ਸਰੋਤ ਬਣ ਗਈ ਹੈ। 2011 ਵਿੱਚ ਅਜ਼ੀਜ਼ ਸਟੂਡੈਂਟ ਪਾਇਲਟ ਦਾ ਲਾਇਸੈਂਸ ਲੈਣ ਵਾਲੀ ਸਭ ਤੋਂ ਘੱਟ ਉਮਰ ਦੀ ਵਿਦਿਆਰਥਣ ਬਣੀ। ਉਸ ਸਮੇਂ ਆਇਸ਼ਾ ਦੀ ਉਮਰ ਸਿਰਫ 15 ਸਾਲ ਸੀ। ਇਸ ਤੋਂ ਬਾਅਦ ਉਸਨੇ ਰੂਸ ਦੇ ਸੋਕੋਲ ਏਅਰਬੇਸ 'ਤੇ MiG-29 ਉਡਾਣ ਦੀ ਸਿਖਲਾਈ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਬੰਬੇ ਫਲਾਇੰਗ ਕਲੱਬ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸਾਲ 2017 ਵਿੱਚ ਉਸਨੇ ਵਪਾਰਕ ਉਡਾਣ ਲਈ ਲਾਇਸੈਂਸ ਪ੍ਰਾਪਤ ਕੀਤਾ। ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਆਇਸ਼ਾ ਨੇ ਕਿਹਾ ਕਿ ਕਸ਼ਮੀਰੀ ਔਰਤਾਂ ਨੇ ਪਿਛਲੇ ਕਾਫੀ ਸਾਲਾਂ ਤੋਂ ਤਰੱਕੀ ਕਰਨੀ ਸ਼ੁਰੂ ਕੀਤੀ ਹੈ, ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਕਸ਼ਮੀਰੀ ਔਰਤਾਂ ਖਾਸ ਕਰ ਸਿੱਖਿਆ ਦੇ ਖੇਤਰ ਵਿੱਚ ਚੰਗਾ ਕੰਮ ਕਰ ਰਹੀਆਂ ਹਨ। ਹਰ ਦੂਜੀ ਕਸ਼ਮੀਰੀ ਔਰਤ ਟੀਚਰ ਜਾਂ ਡਾਕਟਰ ਦੀ ਡਿਗਰੀ ਹਾਸਲ ਕਰ ਰਹੀ ਹੈ। ਘਾਟੀ ਦੇ ਲੋਕ ਚੰਗਾ ਕੰਮ ਕਰ ਰਹੇ ਹਨ। ਆਇਸ਼ਾ ਨੇ ਕਿਹਾ, ਮੈਂ ਇਸ ਖੇਤਰ ਨੂੰ ਇਸ ਲਈ ਚੁਣਿਆ ਕਿਉਂਕਿ ਮੈਨੂੰ ਛੋਟੀ ਉਮਰ ਤੋਂ ਹੀ ਸਫ਼ਰ ਕਰਨਾ ਪਸੰਦ ਸੀ ਅਤੇ ਉਡਾਨ ਭਰਨਾ ਮੈਨੂੰ ਬੇਹੱਦ ਰੋਮਾਂਚਿਤ ਕਰਦਾ ਸੀ। ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦੀ ਸੀ, ਇਸ ਲਈ ਮੈਂ ਪਾਇਲਟ ਬਣਨਾ ਚਾਹੁੰਦੀ ਸੀ। ਇਹ ਥੋੜ੍ਹਾ ਚੁਣੌਤੀਪੂਰਨ ਹੈ ਕਿਉਂਕਿ ਇਹ ਆਮ 9 ਤੋਂ 5 ਡੈਸਕ ਜੌਬ ਨਹੀਂ ਹੈ। ਇੱਥੇ ਕੋਈ ਨਿਸ਼ਚਿਤ ਪੈਟਰਨ ਨਹੀਂ ਹੈ ਅਤੇ ਮੈਨੂੰ ਨਵੀਆਂ ਥਾਵਾਂ 'ਤੇ ਵੱਖ ਵੱਖ ਕਿਸਮ ਦੇ ਮੌਸਮ ਅਤੇ ਨਵੇਂ ਲੋਕਾਂ ਨੂੰ ਮਿਲਣ ਲਈ ਲਗਾਤਾਰ ਤਿਆਰ ਰਹਿਣਾ ਪੈਂਦਾ ਹੈ। ਨਾਲ ਹੀ ਆਇਸ਼ਾ ਨੇ ਦੱਸਿਆ ਹੈ ਕਿ ਇਸ ਪੇਸ਼ੇ ਵਿੱਚ ਤੁਹਾਨੂੰ ਮਾਨਸਿਕ ਤੌਰ 'ਤੇ ਬਹੁਤ ਮਜ਼ਬੂਤ ਹੋਣਾ ਪੈਂਦਾ ਹੈ ਕਿਉਂਕਿ ਤੁਸੀਂ 200 ਯਾਤਰੀਆਂ ਨੂੰ ਨਾਲ ਲੈ ਕੇ ਜਾਂਦੇ ਹੋ ਅਤੇ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਸਨੇ ਆਪਣੇ ਮਾਤਾ ਪਿਤਾ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਉਸਦੇ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਉਸਦੀ ਪੂਰੀ ਮਦਦ ਕੀਤੀ। ਅਜੀਜ਼ ਨੇ ਕਿਹਾ, ਮੈਂ ਬਹੁਤ ਖੁਸ਼ਕਿਸਮਤ ਹਾਂ, ਮੈਨੂੰ ਅਜਿਹੇ ਮਾਤਾ ਪਿਤਾ ਮਿਲੇ ਜਿਨ੍ਹਾਂ ਨੇ ਹਰ ਗੱਲ 'ਤੇ ਮੇਰਾ ਸਾਥ ਦਿੱਤਾ। ਉਹਨਾਂ ਤੋਂ ਬਿਨਾਂ ਮੈਂ ਅੱਜ ਜੋ ਵੀ ਹਾਂ ਉਹ ਬਣ ਹੀ ਨਹੀਂ ਸਕਦੀ ਸੀ। ਮੇਰੇ ਮਾਤਾ ਪਿਤਾ ਮੇਰੇ ਲਈ ਸਭ ਤੋਂ ਵੱਡਾ ਰੋਲ ਮਾਡਲ ਹਨ।